ਉਹਦੇ ਅੰਦਰ ਨਕਸ ਕੋਈ ਨਹੀਂ, ਐਬ ਕੋਈ ਨਹੀਂ, ਬੇਐਬ ਜ਼ਾਤ ਏ, ਲਾ ਰੈਬ ਜ਼ਾਤ ਏ। ਔਰ ਆਪਣੇ ਮਹਬੂਬ ਨੂੰ ਰੱਬ ਲੈ ਗਿਆ। ਅਹਿਲੇ ਸੁਨਤ ਵਾ ਜਮਾਤ ਦਾ ਹੀ ਅਕੀਦਾ ਹੈ ਕਿ ਰੱਬ ਲਿਜਾਣ ਵਾਲਾ ਹੈ, ਸਾਨੂੰ ਸੋਚਣ ਦੀ ਜ਼ਰੂਰਤ ਹੀ ਕੋਈ ਨਹੀਂ। ਅਕਲਾ ਸੋਚਾ ਫਹਿਮ ਦਰਾਈ ਦੀ ਪੰਡ ਬੰਨ ਕੇ ਸਰਕਾਰ ਦੀ ਬਾਰਗਿਚ ਕੁਰਬਾਨ ਕਰ ਦਿੱਤੀ ਏ। ਅਸੀਂ ਅਕੀਦਾ ਰੱਖਦੇ ਹਾਂ ਕਿ ਸਰਕਾਰ ਜਾ ਵੀ ਸਕਦੇ ਨੇ ਤੇ ਇਤਨੀ ਜਲਦੀ ਵਾਪਸ ਤਸ਼ੀਫ ਲਿਆ ਵੀ ਸਕਦੇ ਨੇ। ਕਿਉਂ ਨਹੀਂ ਲਿਆਈਆ ਜਾਂਦੀਆਂ, ਇਹ ਵੇਖੋ ਲਿਜਾਣ ਵਾਲਾ ਕੌਣ ਏ। ਸਾਇੰਸਦਾਨ ਨਹੀਂ, ਜਗਰਾਫੀਆ ਦਾਨ ਨਹੀਂ, ਕੀਨੀਆ ਦਾਨ ਨਹੀਂ, ਬਲਕਿ ਮਹਬੂਬ ਨੂੰ ਅਰਸ਼ਾਂ ਤੇ ਲਿਜਾਣ ਵਾਲਾ ਖੁਦ ਸੁਭਾਨ ਏ। ਅਸਰਾ ਜਿਸ ਨੇ ਸੈਰ ਕਰਾਈ, ਬੇ ਅਬਦੀ ਹੀ ਆਪਣੇ ਬੰਦਾ ਖਾਸ ਨੂੰ ਕਹੋ ਸੁਭਾਨ ਅੱਲਾਹ। ਅੱਲਾਹ ਤਾਲਾ ਨੇ ਆਪਣੇ ਪਿਆਰੇ ਮਹਬੂਬ ਨੂੰ ਮੇਰਾਜ ਦੀ ਰਾਤੀ ਲਾ ਮੱਕਾ ਦੀਆਂ ਬੁਲੰਦੀਆਂ ਤੇ ਬੁਲਾਇਆ ਔਰ ਅਬਦ ਕਹਿ ਕੇ ਫਰਮਾਇਆ। ਲਫਜ਼ ਅਬਦ ਦੇ ਨਾਲ ਸਰਕਾਰੀ ਕਾਇਨਾਤ ਆਪ ਨੂੰ ਪੁਕਾਰਿਆ, ਬੇ ਅਬਦੇ ਹੀ ਅਸਾਂ ਸੈਰ ਕਰਾਈ ਆਪਣੇ ਬੰਦਾ ਖਾਸ ਨੂੰ। ਮੌਲਾ ਕਰਾਈ ਕਦੋਂ ਹੀ? ਅੱਲਾਹ ਫਰਮਾਉਂਦਾ ਲੈਲਾ, ਰਾਤ ਦੇ ਥੋੜੇ ਜਿਹੇ ਹਿੱਸੇ ਦੇ ਅੰਦਰ ਮੈਂ ਆਪਣੇ ਮਹਬੂਬ ਨੂੰ ਲੈ ਵੀ ਗਿਆ, ਦੀਦਾਰ ਕਰਾ ਕੇ ਆਪਣੇ ਮਹਬੂਬ ਨੂੰ ਵਾਪਸ ਆਇਆ ਵਾ। ਤੂੰ ਰੱਬ ਚਾਹੇ ਲਜਾਣ ਤੇ ਲਜਾ ਸਕਦਾ ਕਿ ਨਹੀਂ ਲਜਾ ਸਕਦਾ? ਸੁਣੀਏ ਕੁਰਾਨ ਕਰੀਮ, ਅੱਲਾਹ ਪਾਕ ਰਾਤ ਦੇ ਥੋੜੇ ਜਿਹੇ ਹਿੱਸੇ ਦੇ ਅੰਦਰ ਯਾਰ ਨੂੰ ਲੈ ਗਿਆ। ਖਾਲਕੇ ਕਾਇਨਾਤ ਤੇ ਇਰਸ਼ਾਦ ਫਰਮਾਇਆ, ਮੇਰਾ ਮਾਲਿਕ ਇਰਸ਼ਾਦ ਫਰਮਾਉਂਦਾ ਸੁਭਾਨ ਅੱਲਾਹੀ ਸਭ ਨੂੰ ਮਸਜਿਦ ਹਰਾਮ ਔਰ ਮਸਜਿਦ ਅਕਸਾ ਵੇਖਣੀ ਨਸੀਬ ਫਰਮਾਏ। ਮਸਜਿਦ ਹਰਾਮ, ਇੱਥੇ ਹੱਜ ਉਮਰਾ ਕਰਨ ਵਾਲਾ ਕੋਈ ਅਗਰ ਬੈਠਾ ਹੈ, ਮਸਜਿਦ ਹਰਾਮ ਤੋਂ ਗੁਜ਼ਰ ਕੇ ਮੁਤਾਫ ਦੇ ਅੰਦਰ ਉਤਰਦਾ ਹੈ, ਖਾਨਾ ਕਾਬਾ ਦੀ ਸਿਹਨ ਵਿੱਚ ਉਤਰਦਾ ਹੈ। ਅੱਲਾਹ ਪਾਕ ਨੇ ਮਸਜਿਦ ਹਰਾਮ ਦੀਆਂ ਸ਼ਾਨਾਂ ਵੀ ਬਿਆਨ ਫਰਮਾਈਆਂ। 1 ਲੱਖ ਨਮਾਜ਼ ਸਵਾਬ, 1 ਲੱਖ ਨਮਾਜ਼ ਦਾ ਸਵਾਬ ਮਸਜਿਦ ਹਰਾਮ ਦੇ ਅੰਦਰ ਨਮਾਜ਼ ਪੜ੍ਹਨ ਦਾ ਅੱਲਾਹ ਤਾਲਾ ਅਤਾ ਫਰਮਾ ਦਿੰਦਾ ਹੈ। ਤੇ ਜਿਹੜਾ ਬੰਦਾ ਮਸਜਿਦ ਨਬਵੀ ਦੇ ਅੰਦਰ ਜਾ ਕੇ ਨਮਾਜ਼ ਪੜ੍ਹਦਾ ਹੈ, ਅੱਲਾਹ ਤਾਲਾ ਉਹਨੂੰ 50,000 ਨਮਾਜ਼ ਦਾ ਸਵਾਬ ਅਤਾ ਫਰਮਾਉਂਦਾ ਹੈ। ਅੱਲਾਹ ਤਾਲਾ ਯਹੂਦੀਆ ਦੇ ਕਬਰੇ ਤੋਂ ਮਸਜਿਦ ਅਕਸਾ ਨੂੰ ਆਜ਼ਾਦ ਫਰਮਾਏ। ਜਿਹੜਾ ਬੰਦਾ ਮਸਜਿਦ ਅਕਸਾ ਦੇ ਅੰਦਰ ਜਾ ਕੇ 1 ਨਮਾਜ਼ ਪੜ੍ਹਨ ਦਾ ਇਰਾਦਾ ਕਰ ਲੈਂਦਾ, ਅੱਲਾਹ ਤਾਲਾ ਉਸ ਬੰਦੇ ਦੇ ਸਾਰੇ ਗੁਨਾਹਾਂ ਨੂੰ ਮਾਫ਼ ਫਰਮਾ ਦਿੰਦਾ ਹੈ, ਮਾਫ਼ੀ ਮਿਲ ਜਾਂਦੀ। ਅੱਲਾਹ ਤਾਲਾ ਨੇ ਮਸਜਿਦ ਹਰਾਮ ਤੋਂ ਮਸਜਿਦ ਅਕਸਾ ਦੀ ਤਰਫ ਸੈਰ ਕਰਾਈ ਔਰ ਮਸਜਿਦ ਅਕਸਾ, ਉਹ ਮਸਜਿਦ ਅਕਸਾ ਜਨਾਬ ਦਾਊਦ ਅਲ ਇਸਲਾਮ ਦੇ ਜ਼ਮਾਨੇ ਦੇ ਅੰਦਰ ਤਾਊਨ ਦੀ ਬਿਮਾਰੀ ਫੈਲ ਗਈ। ਜਨਾਬ ਦਾਊਦ ਅਲ ਇਸਲਾਮ ਦੇ ਹਜ਼ਾਰਾਂ ਲੋਕ ਰੋਜ਼ਾਨਾ ਮਰਨ ਲੱਗ ਪਏ। ਜਨਾਬ ਦਾਊਦ ਅਲ ਇਸਲਾਮ ਨੇ ਇਲਤਜਾ ਕੀਤੀ, ਮੇਰਿਆ ਮਾਲਿਕਾ, ਅੱਲਾਹ ਪਾਕ ਨੇ ਸ਼ਿਫਾ ਤਾ ਫਰਮਾ ਦਿੱਤੀ। ਸ਼ੁਕਰਾਨੀ ਨਿਮਤ ਤੇ ਦਾਊਦ ਅਲੈ ਸਲਾਮ ਨੇ ਆਪਣੀ ਕੌਮ ਨੂੰ ਇਕੱਠਾ ਕਰਕੇ ਫਰਮਾਇਆ, ਮੈਂ ਅੱਲਾਹ ਤਾਲਾ ਦੀ ਬਾਰਗਹਿ ਦੁਆ ਕੀਤੀ ਸੀ, ਅੱਲਾਹ ਪਾਕ ਨੇ ਤੁਹਾਨੂੰ ਸ਼ਿਫਾ ਤਾ ਫਰਮਾਈ। ਸ਼ੁਕਰਾਨੀ ਨਿਮਤ ਤੇ ਮਸਜਿਦ ਤਮੀਰ ਕਰੋ। ਆਪ ਤੇ ਆਪਦੀ ਕੌਮ ਨੇ ਪੱਥਰ ਉਠਾ ਉਠਾ ਕੇ ਮਸਜਿਦ ਅਕਸਾ ਨੂੰ ਤਾਮੀਰ ਕੀਤਾ। ਨਬੀਆਂ ਦਾ ਕਿਬਲਾ ਰਿਹਾ। ਸਾਡੇ ਕਰੀਮ ਆਕਾ ਵੀ 11 ਮਾਹ ਜਾਂ 17 ਮਾਹ ਮਸਜਿਦ ਅਕਸਾ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦੇ ਰਹੇ। ਲੋਕੋ, ਸਾਰੇ ਨਬੀਆਂ ਦੀ ਇਮਾਮਤ ਵੀ ਮੇਰੀ ਸਰਕਾਰ ਨੇ ਮਸਜਿਦ ਅਕਸਾ ਵਿੱਚ ਫਰਮਾਈ ਹੈ। ਮਸਜਿਦ ਅਕਸਾ ਦੀ ਤਰਫ ਇਹ ਮਹੀਨਿਆਂ ਦਾ ਸਫ਼ਰ, ਜਿਹੜਾ ਮਸਜਿਦ ਹਰਾਮ ਤੋਂ ਲੈ ਕੇ ਮਸਜਿਦ ਅਕਸਾ ਦੀ ਤਰਫ ਜਿਹੜਾ ਸਫ਼ਰ, ਜ਼ਮੀਨੀ ਸਫ਼ਰ ਹੀ
اللہ پاک نے فرمایا جی کافر لوگ اس سفر مان گئے لا مقادیہ بلندیہ والا سفر بھی مان لڑ گئے میری ہماری کا خالقہ بے نیادہ تو مسجدہ پھرانداری ہیں مسجد حرام تو لے کے مسجد اقصی دی طرف بیٹے یا میرے سامنے نہ ہو یا باہر پگاں بان لو میرے سامنے کھلو کے ہو جی کام نہ کرو میں کتنی مرتبہ تانو جدو میں آما اس لئے تمام ماحول جڑ ہے میری طرف دیکھیں تشریف رکھو بیٹھ جو بیٹھے مسجد حرام تو لے کی مسجد اقصی دی طرف اللہ پاک نے سیر کروایا فرمایا اللہ دی بارکنا حولہ لنوریہو من آیاتنا اللہ پاک نے مسجد اقصی دی ارد گرد برکت رکھی آرے علامہ اسماعیل حقی رحمت اللہ تعالی نے آپ فرمان دے برکت تو مراد کیے اللہ تعالی فرمان دے بارکنا حولہ لنوریہو من آیاتنا کیڑیاں نشانیاں اللہ وکھانا چاہندا سی علامہ اسماعیل حقی فرمان دے مسجد اقصی دے ارد گرد اللہ تعالی دے ہزاراں نبیاں تے ولیاں دے مزارات رے دا مطلب جس مسجد نال قبر ہوے گی وہ اللہ تعالیٰ دیا نشانیاں ہون گیاں ایتھے رولا پائی جاندا جی جس مسجد کے ساتھ قبر ہو اس مسجد میں نماز پڑھنا جائز ہی نہیں کتھوں تک جائے گا کتھے تک رولا پائے گا رب کعبہ دی قسم اٹھا کے کہنا دائیں بائیں اہل علم حضرات بیٹھے نے ایتھوں تو داتا دی حجویری دی بارگاہ چلا جاؤ تین مسجد دے نال داتا دی حجویری دا رولا نظر آئے گا اوے پاک بدن شریف چلا جا مسجد دے نال بابے فرید دا رولا نظر آئے گا علی پور شریف چلا جا مسجد دے نال پیر جماعت علی شاہ دا رولا نظر آئے گا گولڑے شریف چلا جا مسجد دے نال پیر مہری علی شاہ گولڑوی دا رولا نظر آئے گا تاؤسا شریف چلا جا مسجد دے نال حضرت شاہ سلیمان توسوی دا رولا نظر آئے گا فیصلہ باد چلا جا مسجد دے نال شیخ الحدیث مولانا محدث آدم پاکستان حضرت مولانا سردار احمد رحمت اللہ تعالی آپ دا دربار در باہر نظر آئے گا وہ جناب بندہ شریف چلا جا تین مسجد دے نال پیر عبد القادر جیلانی دا دربار نظر آئے گا اگر جناب بغداد شریف تو چلدا چلدا نجف اشرف چلا جا مسجد دے نال مولا علی دا روضہ نظر آئے گا اوے مدینہ چلا جا مسجد دے نال تین حسنین دے نانے دا روضہ نظر آئے گا جتنا مرضی طوالت دے وچ لے جاؤ لیکن میں اشارہ دیتا ہے کہندا جس مسجد کے ساتھ قبر ہو وہاں سفر کے لیے جانا ہی جائز نہیں ہے حضرات مسجد اقصی مسجد نبوی اللہ بیکھڑا نصیب فرمائے اللہ حضرت فرماندے نے تیسی تے کعبہ بھی تاں ویکھیا ہے ارادہ کیتا سی مدینے جان دا سرکار نوں ملن دا ان کے طفیل رب نے حج بھی کرا دیا اللہ حضرت فرماندے نے اصل الاصول حاضری اس پاک در کی ہے سمجھ آئیے تے کہہ دیو سبحان اللہ نہیں بھی آئی تے پھر بھی کہہ دیو سبحان اللہ حضرات ہزاراں نبیاں دیا قبراں مسجد اقصی دے نال ہن فلسطین دے نال اسرائیل جنگ لگا کے ہزاراں کی بچے ماما دی گود وچ بلک دے مردے جا رہے نے اللہ تعالیٰ مسجد اقصی نو آزاد فرمائے کہو آمین اللہ پاک نے اپنے پیارے نبیانوں اور سرکار مدینہ صلی اللہ علیہ وسلم آپ سرکار دا کلمہ پڑھنے والے ہو جدو مسجد اقصی دے ارد گرد اللہ تعالیٰ نے نبیان دے مزارات رکھے اللہ فرماندا ہے میریاں نشانیاں سن جے نبیان دے مزارات اللہ دیا نشانیاں نے تے جتھے میرا دادا لیٹیا ہوا ہے جتھے مہری علی لیٹیا جماعت علی لیٹیا ہوا ہے جتھے بابا جی خادم حسین صاحب لیٹے ہوئے نے اللہ فرماندا ہے ان الصفا والمروۃ من شعائر اللہ صفا تے مروۃ دیا پہاڑیاں میریاں نشانیاں نے لگ جان اوتے اللہ دی نشانی بن جائے جتھے اللہ دا ولی شرابا لیٹیا ہوے گا او اللہ دی نشانی کیوں نہیں ہو سکدی جتھے اللہ دے نبی لیٹے ہون گے او بھی اللہ دی نشانیاں اللہ فرماندا انہ هو السمیع البصیر اللہ فرماندا میں سمیع بھی ہاں تے میں بصیر بھی ہاں ہوں چونکہ اس ہفتے دے وچ معراج جمعرات بدھ دی درمیانی رات
मिराज की रात है। हजरात मैं अगर इस ऐत में ही रवान थी तो कई जुमे निकाल सकना, समय लगी जे। अल्लाह फरमांदा असी समी भी हाँ, सुनने वाले भी हाँ, देखने वाले भी हाँ। मेराज की रात मैं लह गया, हो मेरे बाबू की अजमत वेखो, जेड़ा ला मका दिया बुलंदिया ते तुहाडे सुत्तियां सुत्तियां जाके रब दा दीदार करे, उन्हों मदीने वाला मुस्तफा किया जांदा है। आका जाने रहमत फरमांदे ने मैं गया ला मका दिया बुलंदिया ते गया, ला मका दिया बुलंदिया ते जिथे दा नाम ही कोई नहीं, इत्थे ओ शाक रिया किया सरे ला मका से हुई सरे बुराक लै गया, कोई आंदा रफ रफ लै गया, कोई आंदा कोई लै गया, कोई भी नहीं लै गया। और नबी ते अपने कमाल नाल ही टुर गया, नबी ते अपने कमालात नाल ही टुर गया। दिन 26वां रात 27वीं किबलाकारी मुहम्मद सलीम अकरम साहब इन्हां नूं थोड़ा जिहा वाकियात दा कुछ हिस्सा मैं बस मंदर अज करना चाहना। दिन 10 बजे 26वां रात 27वीं मेरा नबी अपना हुजरा छोड़िया उम्मे हानी दे घर दे अंदर आण के मेरा नबी आराम फरमा हो गए। सरकारी कायनात उम्मे हानी दे कमरे दे अंदर आ गए। जदों मेरा नबी उम्मे हानी दे कमरे दे अंदर आण के आराम फरमा हो गया, मेरे वल तके आ जेना, इधर मेरा नबी चादर लैके दुशाला लैके लेट गया, आराम फरमा हो गया। इधर आराम होने लग पिया, अरशा ते इंतजाम होने लग पिया सी, इधर आराम हो रहा है, अरशा ते इंतजाम। जिब्राइल छुट्टी कर, मीकाइल छुट्टी कर, इसराफील छुट्टी कर, ओ इजराइल छुट्टी कर, इजराइल नू जान दियो, नहीं ते फेरा पै गया ना, फिर वाकफियत निकल आउंदी है। इजराइल छुट्टी कर, मीकाइल छुट्टी कर, या अल्लाह कादे वास्ते छुट्टियां दा ऐलान करना है पिया, किते कयामत ते नहीं आन लगी। फरमाया कयामत नहीं आ रही, मेरा यार अरशा ते मेहमान बन के आ रहा है, मेरा महबूब ला मका दिया बुलंदिया ते आ रहा है। हुण इहनू भी छुट्टियां मिल गई, या अल्लाह पूरी सरबत दे अंदर इहनू कितियां छुट्टियां अदा कीतियां नी। मेरी तहकीक दे मुताबिक इजराइल नू पूरी सरबत दे अंदर दो छुट्टियां मिलियां नी, इक मिलाद दी छुट्टी मिल गई, इक मेराज दी छुट्टी। सरकार आई भी तां भी छुट्टी, सरकार गए तां भी छुट्टी। मौला इन्हों क्यों छुट्टियां दित्तियां नहीं? फरमाया दा काम में जाना कढ़ना, बोलो सारे बोलो, इहदा काम में जाना कब्ज करना, रूहां कब्ज करना। एक किसे कर जाएगा, जान निकालेगा, मां प्यो दी जान, भैन भरावां दी जान, ओ कर सफे मातम बनिया होवेगा। मैं इहनू छुट्टी दे दित्ती है, अज दी रात छुट्टी कर। मौला कदे वास्ते फरमाया होवे यार दे नाल मुलाकात दी रात, होवे मुहिब नू महबूब दे नाल मुलाकात दी रात, होवे यार दे नाल मुलाकात दी रात। किसी घर विचों रोण दी आवाज नहीं आनी चाहिदी, इहदा मतलब है मिलाद वाली रात इहनू छुट्टियां मिल गईयां, मेराज दी रात भी इहनू छुट्टियां मिल गईयां। सोहणा आया ते खुशियां होनियां चाहीदियां ने, सोहणा मेराज ते गया तां भी खुशियां होनियां चाहीदियां ने, तां भी खुशियां होनियां चाहीदी। इत्थे जाके मैं कहना हुंना, रब ने जदों बंदा पाया
लखवारी सदके जाए, लखवारी सदके जाए, रब दी तकसीम दे, लखवारी रब दी तकसीम दे, लखवारी खुदा दा वास्ता जे बोलिया जे लखवारी सदके जाए रब दी। क्या बात है, फिर पढ़िया जे ना लखवारी सदके जाए रब दी तकी। मिलाद भी साडा हिस्सा ते मिराज भी साडा हिस्सा है। मैं बात कर रहा सा सरकार दुशाला लैके ना मिराज दी राती सौ गए। बोलो हुजूर, ओ चौधरी हो, ओ छोटे हो वड्डे हो, बोलो जरा, सरकार मिराज दी राती मेरे वाल तको। मैं इंज अखां बंद करके ना मैं आलम तस्वरात विच पुछिया, मौला अगे ते तेरा महबूब सारी सारी रात जागद इबादत करद, जदों मेरा नबी जागे अल्लाह फरमांदा या जागण वाली रात आई ते नबी तेरा आराम फरमा हो गया। आत्मे कह भी तू आबाद मदीने चू आई, ओए दुनिया वाली ओ घबराना ना, अगे ते तुसी आंदे ओ नबी सारी सारी रात जागदा रिया, अज जागण वाली रात आई ते सौ गया पियो गया, आवाज मदीने चू आई, अगे मैनू ओदा इश्तियाक हुंदा सी, अज ओनू मेरा इश्तियाक है, अगे मैं ओदा मुंतजर हुंदा सा, अज ओ मेरा मुंतजर है, लोड़ होवेगी ते आपे बोला लवेगा। मेरा नबी सौ गया, फरमाया फरिश्तियों छुट्टी करो या अल्लाह करना की है, फरमाया मेरा यार ला मक्का दिया बुलंदियां ते आ रिया है, ओए चिल्ला रामा तो यार ने लंघ के आना है, ओना रामा ते थावा ते बैनर लगा दियो, ओना रामा ते थावा नु सजा दियो। अज इलेक्शन दा दौर, इलेक्शन दी दना बेवाला गहमा गामी नजर आ रही है, झंडे पे दसते ने फलाने दा दफ्तर, झंडे पे दसते ने फलैक्सा पईयां दसदियां ने फलाने दा दफ्तर, ओए बाजार रामा सज गईयां, सत्ते आसमान सज गए, सरकारे कायनात रे जिन्ना रामा तो लंघ के आना सी साबत हो जाए, कायनात जी दे सदके बनी है, अल्लाह दा हबीब मिराज करन वास्ते जा रहा है, सरकारे कायनात मिराज करन वास्ते जा रहे ने। मैं ते कहना ना तोरे पर सब। अल्लाह पाक दे प्यारे कलीमुल्ला अर्श कर दे, मौला मैं तेनों वेखना चाहना, अल्लाह दे जलीलुल कदर नबी शाना वाले जनाबे मूसा कलीमुल्ला कहो सुभान अल्लाह, अंदरे मौला मैं तेनों वेखना चाहना, रब्बे अरनी मौला मैं तेनों वेखना चाहना, जवाब आया लंतरा नी तू नहीं वेख सकदा, ऐ जे जिहड़ा मैं शेर पढ़िया ऐ जे मैं मजबूर हो गया तुहानूं दस्सण दे, रब्बे अरनी मैं तेनों वेखना चाहना
जवाब आया लंतरा ने नहीं बीक सकता, ये नहीं आखिया मैं अपना आप तेन वखा नहीं सकता, क्या तू वेख नहीं सकता, नहीं वेख सकता, मेरे वल तकिया जी तना बंदे जरा सर उठाया जी बाकिया की खैरी कलीमुल्ला तू मैनो वेख नहीं सकता, तेरी अख मैनो नहीं वेखण का अहाता कर सकती, कलीमा कड़ी आलम मैं नहीं वेख सकता फिर वेखेगा कौन, जवाब आया प्यारे कलीमुल्ला तुसी नहीं वेख सकते आला वेखेगा कौन, फरमा कलीमुल्ला नहीं वेख सकता मैनो मेरा यार हबीबुल्ला वेखेगा, है तुसी भी नबी हो ते जनाबे हबीबुल्ला भी मेरा नबी, तुसी भी नबी हो ते लाडले ते प्यारे नबी हो, पर तुसी लंतरानी नहीं वेख सकते, इत्थे आ सकने आखिया लंतरानी मेरा छोटा जिहा नुक्ता जाया ना करिया जी, प्यारे कलीमुल्ला आखणी आला मैं तेन वेखड़ा चाहना, जवाब आए लंतरा नहीं वेख नहीं सकदा, मेरा महबूब आराम कर रहा होवे ते अल्लाह पाक ने फरमाया प्यारे कलीमुल्ला दीदार अमानत ते दुर्रे यतीम दी यतीबा दे जनाबे वाला हक दे उत्ते नजरां नहीं रखी दियां, किसे दे हक ते नजरां नहीं रखी दियां, प्यारे कलीमुल्ला तुसी भी मेरे नबी हो पर मेरा दीदार ओ कर सकदा जेड़ा मेरे नूर तो पैदा होया होवेगा, तुम तो नबी अम्मा आदम बैनल माई वतीर उदो भी सरकार है सजनो आदम दा जे पुत्रा भी ऋषि बनेगा, या जाबिरो इन अल्लाह ताला खलका कबल अल अशिया नूर नबी एक मिन नूर ही, अल्लाह पाक ने सरकारे कायनात दा नूर अपने नूर तो पैदा फरमा के फरमा कूनी हबीबी मेरा यार बन जा, मैनू ओ वेखेगा जेड़ा मेरे विच होवेगा, सरकार फरमा दे मैं गया अख भी नहीं चमकी अख टेढ़ी भी नहीं हुई अपने रब दा दीदार कीता, अल्लाह फरमांदा सोनिया तू मुझे देख ले मैं तुझे देख लो देखने का मजा आज की रात है, हुजूर बुलंदी ते गए, बोलो किथे गए सारे बोलो, सरकार बुलंदी ते गए इथे दुनियादार एमपीए बन जाए एमएनए बन जाए पांच पांच साल अपने हलके दे अंदर वड़दा नहीं, कोई जना पांच पांच साल अपने हलके दा ध्यान नहीं रखदा, हुण फातिहा पढ़न वालियां दे घर भी लब्बे जा रहे ने, हुण जनाबे वाला किथे किथे ताजियत करनी है जाके को तलाश कीता जा रहा है, हुण फरवरी दी 8 तारीख तक हर बंदे नूं सलाम कीता जाएगा जिहड़ा जित गया बाद दे अंदर तुम कौन और हम कौन, सदके जावां मेरा नबी ला मका दिया बुलंदियां ते भी गया है इन्नी बुलंदी ते भी गया है उत्थे जाके गुलामां नूं नहीं भुलिया, या अल्लाह मेरी उम्मत या अल्लाह मेरी उम्मत, पर मैं महबूबा जाके ऐलान कर दे असदा तुम्यारा जुरी मुमिनी ओ नमाज मोमन दी मेराज सर सजदे विच रख लेना तो रब मिल जाएगा, बोलो रब
ਇਹਦਾ ਮਤਲਬ ਹੈ ਜਿਹੜਾ ਅਰਸ਼ਾਂ ਤੇ ਵੀ ਜਾ ਕੇ ਨਾ ਭੁੱਲੇ ਉਹਨੂੰ ਮਦੀਨੇ ਵਾਲਾ ਮੁਸਤਫਾ ਕਿਹਾ ਜਾਂਦਾ ਹੈ ਤੇ ਜਿਹੜਾ ਮੁਸਤਫਾ ਵਾਲਾ ਖੜਾ ਹੋ ਜਾਏ ਉਹਦਾ ਖਿਆਲ ਤੁਹਾਨੂੰ ਰੱਖਣਾ ਚਾਹੀਦਾ ਹੈ ਸਰਕਾਰੀ ਕਾਇਨਾਤ ਦਾ ਕਲਮਾ ਪੜਨੇ ਵਾਲਿਓ ਜਦੋਂ ਤੁਸੀਂ ਵੋਟ ਪਾਉਣ ਲੱਗੋ ਇੱਕ ਅਮਾਨਤ ਹੈ ਕਲਾਮ ਮੁਲਕੇ ਪਾਕਿਸਤਾਨ ਦੀ ਕਾਇਦੇ ਆਦਮ ਦੇ ਜਨਾਬ ਕਿਆਦਤ ਦੇ ਅੰਦਰ ਅਗਰ ਇਨਕਲਾਬ ਬਰਪਾ ਹੋ ਸਕਦਾ ਹੈ ਉਦੋਂ ਵੀ ਪਾਕਿਸਤਾਨ ਦੀ ਜਨਾਬ ਕਾਇਆ ਪਲਟੀ ਅੱਲਾਹ ਪਾਕ ਨੇ ਕਾਇਦੇ ਆਦਮ ਦੀ ਸੂਰਤ ਦੇ ਅੰਦਰ ਸਾਨੂੰ ਲੀਡਰ ਅਤਾ ਫਰਮਾਇਆ ਹਿੰਦੁਸਤਾਨ ਵਿੱਚੋਂ ਮੁਲਕੇ ਪਾਕਿਸਤਾਨ 27ਵੀਂ ਰਾਤ ਅੱਲਾਹ ਤਾਲਾ ਨੇ ਅਨਾਮ ਦੀ ਸੂਰਤ ਦੇ ਅੰਦਰ ਸਾਨੂੰ ਅਤਾ ਫਰਮਾਇਆ ਸੀ ਲੋਗੋ ਇਹ ਸ਼ਬੇ ਮੇਰਾਜ ਦੀ ਰਾਤ ਗੁਜ਼ਾਰ ਕੇ ਸੁਬਹ ਤੁਸਾਂ ਵੋਟਾਂ ਵਾਸਤੇ ਜਾਣਾ ਕਮ ਅਜ਼ ਕਮ ਮਦੀਨੇ ਵਾਲਾ ਇਹ ਨਾ ਫਰਮਾ ਦੇ ਓਏ ਜਦੋਂ ਮੇਰੇ ਨਾਮ ਦੀ ਆਵਾਜ਼ ਆਈ ਸੀ ਤੇਰੀ ਜਨਾਬ ਵੋਟ ਕਿੱਧਰ ਗਿਆ ਸੀ ਸੱਜਣੋ ਜਿਹੜਾ ਕਹਿੰਦਾ ਦੀਨ ਵਾਸਤੇ ਓਏ ਮੰਨ ਕੇ ਉਹਨੂੰ ਇੱਕ ਵਾਰੀ ਉਹਦਾ ਇੰਤਖਾਬ ਕਰੋ ਨਾ ਜੇ ਉਹ ਵੀ ਦਗਾਬਾਜ਼ੀ ਕਰ ਗਿਆ ਤੇ ਫਿਰ ਕੱਲੋਂ ਔਰ ਕੋਈ ਨੇਕ ਬੰਦੇ ਦਾ ਇੰਤਖਾਬ ਅਸੀਂ ਤੇ ਨੇਕ ਬੰਦੇ ਦਾ ਇੰਤਖਾਬ ਹੀ ਕਰਨਾ ਚਾਹੁੰਦੇ ਹਾਂ ਇਹਨਾਂ ਸਾਰਿਆਂ ਵਿੱਚੋਂ ਬਿਹਤਰ ਕਿਹੜਾ ਹੈ ਮੇਰੀ ਨਜ਼ਰ ਦੇ ਨਾਲ ਉਹ ਬੰਦਾ ਬਿਹਤਰ ਨਜ਼ਰ ਆਏਗਾ ਜਿਹਦੀ ਜ਼ੁਬਾਨ ਤੇ ਨਜ਼ਾਮੇ ਮੁਸਤਫਾ ਹੀ ਨਜ਼ਰ ਆਏਗਾ ਹਜ਼ੂਰ ਦੇ ਨਿਜ਼ਾਮ ਦੀ ਬਾਤ ਕਰੇ ਕੁਰਾਨ ਦੀ ਬਾਤ ਹਜ਼ੂਰ ਦੇ ਨਿਜ਼ਾਮ ਦੀ ਬਾਤ ਕਰੇ ਇਨਸ਼ਾਅੱਲਾ ਇਨਸ਼ਾਅੱਲਾ ਐਸੇ ਬੰਦੇ ਦਾ ਇੰਤਖਾਬ ਕਰੋਗੇ ਨਾ ਅਗਰ ਜਾ ਕੇ ਉਹ ਅਸੈਂਬਲੀ ਵਿੱਚ ਵੀ ਬੈਠ ਗਿਆ ਉੱਥੇ ਵੀ ਦੀਨ ਦੀ ਬਾਤ ਕੀਤੀ ਯਕੀਨ ਫਰਮਾਓ ਪੁਸ਼ਤਾਂ ਜਿਹੜੀਆਂ ਸਬਰ ਜਾਣਗੀਆਂ ਦੀਨ ਸ਼ਰੀਅਤ ਨਾਫਤ ਕਰਨ ਵਾਸਤੇ ਆਪਣੇ ਆਪ ਨੂੰ ਸਾਬਤ ਤੇ ਕਰੋ ਅਸੀਂ ਯਹੂਦੋ ਨਸਾਰਾ ਦਾ ਨਿਜ਼ਾਮ ਚਾਹੁੰਦੇ ਹਾਂ ਜਾਂ ਮਦੀਨੇ ਵਾਲੇ ਮੁਸਤਫਾ ਦਾ ਨਿਜ਼ਾਮ ਚਾਹੁੰਦੇ ਹਾਂ ਕਮ ਅਜ਼ ਕਮ ਆਪਣੇ ਜ਼ਮੀਰ ਕੋਲੋਂ ਪੁੱਛ ਤੇ ਲੈ ਕਿ ਮੈਂ ਕਿਹਾ ਜੇ ਪਾਕਿਸਤਾਨ ਕਾਇਦੇ ਆਜ਼ਮ ਨੇ ਸਾਨੂੰ ਬੜਾ ਕੇ ਦੇ ਦਿੱਤਾ ਨਾ ਤੇ ਰਾਤ ਭਲਾ ਕਿਹੜੀ ਸੀ 27 ਦੀ ਰਾਤ ਜਦੋਂ ਬੰਦੇ ਸਜਦੇ ਪਏ ਸਨ ਅੱਖਾਂ ਰੋ ਰਹੀਆਂ ਸਨ ਹੱਥ ਉੱਠੇ ਸਨ ਉਹ ਤੁਹਾਡੇ ਹੱਥ ਸਨ ਤੁਹਾਡੀਆਂ ਅੱਖਾਂ ਵਿੱਚੋਂ ਨਮ ਸੀ ਤੁਹਾਡੀ ਜ਼ੁਬਾਨ ਤੇ ਸੀ ਬੌਲਾ ਕੋਈ ਐਸੀ ਧਰਤੀ ਹੋਣੀ ਚਾਹੀਦੀ ਹੈ ਜਿੱਥੇ ਮਸਜਿਦਾਂ ਵੀ ਆਉਣ ਤੇ ਅਜ਼ਾਨ ਦੀ ਆਵਾਜ਼ ਸੁਣੇ ਅੱਜ ਤੁਸੀਂ ਸਜਦਾ ਕਰ ਲਓ ਨਾ ਮੇਰਾਜ ਹੀ ਰਾਤੀ ਤੇ ਦੁਆ ਕਰਨਾ ਮੌਲਾ ਪਾਕਿਸਤਾਨ ਨੂੰ ਨਿਜ਼ਾਮੇ ਮੁਸਤਫਾ ਪਰ ਅਨਫਾਸ ਦੇ ਦੇ ਤੇ ਬੱਚੀਆਂ ਦੀਆਂ ਇੱਜ਼ਤਾਂ ਬਚ ਜਾਣਗੀਆਂ ਜਿਹੜੇ ਰੈਪ ਹੋ ਰਹੇ ਨੇ ਉਹ ਵੀ ਖਤਮ ਹੋ ਜਾਣਗੇ ਸ਼ਰੀਅਤ ਦਾ ਬੋਲ ਬਾਲਾ ਹੋ ਜਾਏਗਾ ਮਦੀਨੇ ਵਾਲੇ ਦਾ ਨਿਜ਼ਾਮ ਆ ਜਾਏਗਾ ਪਾਕਿਸਤਾਨ ਦੀ ਗਲੀ ਗਲੀ ਤੇ ਕੂਚਾ ਕੂਚਾ ਦੇ ਅੰਦਰ ਸਕੂਨ ਨਸੀਬ ਹੋ ਜਾਏਗਾ ਅੱਲਾਹ ਤਾਲਾ ਸਹੀ ਮਾਨਿਆਂ ਦੇ ਅੰਦਰ ਸਾਨੂੰ ਇੰਤਖਾਬ ਕਰਨੇ ਦੀ ਤੌਫੀਕ ਨਸੀਬ ਫਰਮਾਏ।